真的是老男子了，反正英语都不好。ਨਾ ਜਿਹੜੀ ਮੱਛੀ ਡੁੱਬੇਗੀ ਉਹ ਵੱਡੀ ਮੱਛੀ ਡੁੱਬੇਗੀ, ਛੋਟੀ ਮੱਛੀ ਨਹੀਂ ਤੁਹਾਨੂੰ ਡੁੱਬੇਗੀ। ਜਿਵੇਂ ਸ਼ੁਰੂਆਤ ਹੀ ਬਣੀ ਸੀ ਬਸ ਅਫਜ਼ਲ ਸਾਹਿਬ ਨੂੰ ਆਉਂਦੇ ਸਾਰਿਆਂ ਤੋਂ ਅੰਤਰਾ ਸ਼ਿਕਾਰੀ ਵੀ ਉਹ ਅਫਜ਼ਲ ਵਸੀਮ ਵਸੀਮ ਅਫਜ਼ਲ ਨੂੰ ਕੀ ਪਤਾ ਬੜੀ ਛੋਟੀ ਸ਼ਹਿਰ ਮੱਛੀ ਦਾ ਨਾਮ ਲੈ ਜੇ ਇਹਨੂੰ ਮੈਂ ਲੈਣ ਗਿਆ ਹਾਂ ਜੇ ਤੁਸੀਂ ਮੈਨੂੰ ਟੱਕਰੇ ਚੰਗਾ ਭਲਾ ਮੈਂ ਆਇਆ ਹੋਇਆ ਸੀ ਕੰਨਾਂ ਨੂੰ ਤਾਂ ਖੜੇ ਨਹੀਂ ਸੀ ਉੱਥੇ ਪਹੁੰਚ ਗਏ ਹੋਏ ਸੀ ਮੈਂ ਦਾਹ ਤੇ ਕਹਿੰਦਾ ਮੈਂ ਅੱਗੇ ਫੋਨ ਕੀਤਾ ਸੀ ਕਹਿੰਦਾ ਭਰਜਾਈ ਨੇ ਚੱਕਿਆ ਸਵੇਰੇ ਅਸੀਂ ਉਦੋਂ ਕੁੜੇ ਕੱਢਣ ਗਏ ਪੈ ਚੁੱਪ ਕਰਕੇ ਜਾਲ ਹੀ ਬਣਾ ਲਈ ਸਰ ਮੇਰੇ ਕੋਲ ਸੱਟਵਾਂ ਵੀ ਪਿਆ ਅਤੇ ਢਾਂਗਲਾ ਵੀ ਪਿਆ ਕਿਉਂ ਨਹੀਂ ਆਪਾਂ ਨੂੰ ਫਾਇਦਾ ਹੀ ਕੋਈ ਨਹੀਂ ਜਦੋਂ ਵਿੱਚ ਹੀ ਨਹੀਂ ਅਸੀਂ ਵੜਨਾ ਤਾਂ ਅਸੀਂ ਪਾ ਦੇਣਾ ਸਰ ਅੱਗੇ ਇੱਕ ਮੁੰਡਾ ਭੈਣ 'ਚ ਡੁੱਬਿਆ ਇਸੇ ਗੁੜ 'ਚ ਉਹ ਸਾਹਮਣੇ ਡੁੱਬਿਆ ਕੱਢ ਲਿਆ ਸੀਗਾ ਕਿ ਰੈਸਕਿਊ ਵਾਲਿਆਂ ਨੂੰ ਬੁਲਾ ਕੇ ਮਰ ਗਿਆ ਉਹ ਕਿੰਨੇ ਡੁੱਬ ਗਿਆ ਉਹ ਕਿੰਨੇ ਡੁੱਬ ਗਿਆ ਡੁੱਬਣਾ ਕੀ ਹੈ ਆਪਣੀ ਆਈ ਨਾ ਡੁੱਬ ਗਿਆ ਇਹ ਬੰਦਾ ਕਾਹਤੋਂ ਫਸ ਗਈ ਵੀ ਜਦੋਂ ਹੁਣ ਇੱਕ ਘਰੋਂ ਅਸੀਂ 10 ਬੰਦੇ 12 ਬੰਦੇ ਆਣ ਡਏ ਆ ਸਾਡੇ ਤੇ ਕੇਸ ਪੈਣਾ ਮੁੜ ਕੇ ਕੌਣ ਕੌਣ ਸੀ ਗਿਆ ਮੁੰਡੇ ਦੇ ਨਾਲ ਕੌਣ ਕੌਣ ਸੀ ਉਹ ਦਿਨੇ ਜਣਿਆ ਤੇ ਇੱਕ ਕੇਸ ਤੇ ਨਹੀਂ ਨਾ ਆਉਣਾ ਇੱਕ ਅੱਧਾ ਬੰਦਾ ਹੁੰਦਾ ਤੇ ਦੋ ਹੁੰਦੇ ਬਾਕੀ ਉਹਨਾਂ ਨੇ ਕਿਹੜੇ ਬਥੇਰੇ ਕਢਾਏ ਸੀ